ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਸ਼ਬਦ ਹੈ ਰਾਗ ਬਿਲਾਵਲ ਦੇ ਵਿੱਚ, ਬਿਖੈ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਇਸ ਸ਼ਬਦ ਦਾ ਜੋ ਕਿ ਪਹਿਲਾ ਅਤੇ ਦੂਸਰਾ ਅੰਤਰਾ ਅਤੇ ਅਸਥਾਈ ਆਪਾਂ ਪਾਰਟ 1 ਅਤੇ 2 ਵੀਡੀਓ ਦੇ ਵਿੱਚ ਪਹਿਲਾਂ ਆਪਾਂ ਦੇਖ ਚੁੱਕੇ ਹਾਂ ਕਿ ਉਹ ਕਿਸ ਤਰ੍ਹਾਂ ਕਰਨਾ ਹੈ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਭਾਗ ਤੀਸਰਾ ਬਣਾਵਾਂਗੇ, ਜਿਸ ਵਿੱਚ ਕਿ ਸ਼ਬਦ ਦਾ ਤੀਸਰਾ ਅੰਤਰਾ ਮੈਂ ਗਾ ਕੇ ਦੱਸਾਂਗਾ ਕਿ ਉਹ ਕਿਸ ਤਰ੍ਹਾਂ ਲਗਾਉਣਾ ਹੈ, ਰਾਗ ਦੇ ਵਿੱਚ ਕਿਸ ਤਰ੍ਹਾਂ ਗਾਉਣਾ ਹੈ। ਤਿਆਗ ਰੇ ਸਖੀਏ ਬਿਖੈ ਬਨ ਫੀਕਾ, ਤਿਆਗ ਰੇ ਸਖੀਏ ਸਾ ਸਾ ਨੇ ਸਾਧਾ ਦਾ ਪਾਪ, ਮਾਂਗਾ ਰੇ ਗਾ ਮਾ ਮਾ ਪਾਪ, ਸਾ ਸਾ ਨੇ ਸਾਧਾ ਦਾ ਪਾਪ, ਮਾਂਗਾ ਰੇ ਗਾ ਮਾ ਮਾ ਪਾਪ, ਰੇ ਰੇ ਗਾ ਗਾ ਮਾ ਮਾ ਪਾਪ, ਗਾ ਗਾ ਮਾ ਮਾ ਰੇ ਰੇ ਸਾ ਸਾ ਨਾਮ ਮਹਾ ਰਸ ਪੀਓ, ਬਿਖੈ ਬਨ ਫੀਕਾ ਤਿਆਗ ਰੇ ਸਖੀਏ, ਬਿਖੈ ਬਨ ਫੀਕਾ ਤਿਆਗ ਰੇ ਸਖੀਏ, ਪਾਪ ਪਾਪ ਨਿਦਾਨੇਨ ਸਾ 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 ਨੀ ਰੇ ਸਾ ਸਾ, ਪਾਪ ਪਾਪ ਨਿਦਾਨੇਨ ਸਾ 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 ਨੀ ਰੇ ਸਾ ਸਾ, ਨਾਨਕ ਸੇ ਦਰ ਸੋਭਾ ਮੰਤੇ, ਨਾਨਕ ਸੇ ਦਰ ਸੋਭਾ ਮੰਤੇ, ਜੋ ਪ੍ਰਭ ਆਪਣੇ ਸਾ 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 ਨੀ ਧਾ ਨੀ ਸਾ ਰੇ ਨੀ ਨੀ ਸਾ ਸਾ ਧਾ ਧਾ ਪਾਪ, ਜੋ ਪ੍ਰਭ ਆਪਣੇ ਕੀਓ, ਬਿਖੈ ਬਨ ਫੀਕਾ ਤਿਆਗ ਰੇ ਸਖੀਏ ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਓ, ਨਾਮ ਮਹਾਰਸ, ਨਾਮ ਮਹਾਰਸ, ਨਾਮ ਮਹਾਰਸ ਪੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੀਡੀਓ ਦੇ ਵਿੱਚ ਪਾਰਟ 3 ਦੇ ਵਿੱਚ ਇਹ ਸਾਰਾ ਸ਼ਬਦ ਪੂਰਾ ਹੋ ਗਿਆ ਹੈ। ਕਿਰਪਾ ਕਰਕੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਜ਼ਰੂਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।